ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ। ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਅਤੇ ਹਰ ਕੋਈ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੂੰ ਸਹੀ ਜਾਂ ਗਲਤ ਦੱਸਦਾ ਦਿਖਾਈ ਦਿੰਦਾ ਹੈ। ਪਰ ਸਿਮਰਜੀਤ ਸਿੰਘ ਬੈਂਸ, ਜੋ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨੇ, ਉਹ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੇ ਅਜੇ ਵੀ ਅਧੂਰਾ ਕੰਮ ਕੀਤਾ ਹੈ। ਕਿਉਂ ਕਹਿੰਦੇ ਨੇ ਸਿਮਰਜੀਤ ਸਿੰਘ ਬੈਂਸ ਇਸ ਤਰ੍ਹਾਂ, ਤੁਹਾਨੂੰ ਪਹਿਲਾਂ ਉਹ ਸੁਣਾ ਦਿੰਦੇ ਹਾਂ। ਮੇਰੇ ਅਨੁਸਾਰ ਸਿੱਧੂ ਸਾਹਿਬ ਦਾ ਅਸਤੀਫਾ ਕਾਫੀ ਨਹੀਂ, ਅਧੂਰਾ ਕੰਮ ਹੈ। ਹਜੇ ਸਿੱਧੂ ਸਾਹਿਬ ਨੂੰ ਕਾਂਗਰਸ ਤੋਂ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਕਾਂਗਰਸ ਪਾਰਟੀ ਦੇ ਅੰਦਰ ਸੱਚ ਬੋਲਣ ਵਾਲੇ ਤੇ ਇਮਾਨਦਾਰ ਲੋਕਾਂ ਦੀ ਜਗ੍ਹਾ ਨਹੀਂ ਹੈਗੀ। ਨਵਜੋਤ ਸਿੱਧੂ ਨੇ ਬਠਿੰਡੇ ਕੀ ਕਿਹਾ ਤਾ, ਜਾ ਕੇ ਇਹੀ ਕਿਹਾ ਨਾ ਵੀ ਕੈਪਟਨ ਤੇ ਬਾਦਲ ਰਲੇ ਹੋਏ ਆ, ਹਿੱਸੇ ਪੱਤੀ ਆ ਇਹਨਾਂ ਦੀ, ਉਹ ਸਾਰੀ ਦੁਨੀਆਂ 'ਚ ਵਸਦੇ ਪੰਜਾਬੀਆਂ ਨੂੰ ਪਤਾ। ਇਸ ਕਰਕੇ ਸਿੱਧੂ ਸਾਹਿਬ ਨੂੰ ਇਕੱਲਾ ਵਜ਼ਾਰਤ ਤੋਂ ਰਿਜ਼ਾਈਨ ਨਹੀਂ, ਉਹ ਬੰਦਾ ਬੇਇੱਜ਼ਤੀ ਕਰਾਵੇ, ਜਲਾਲਤ ਉਹ ਬੰਦਾ ਸਵੇ ਜਿਹਨੇ ਕੁਰਸੀ ਤੋਂ ਧੰਦਾ ਕਰਨਾ, ਜਿਹਨੇ ਅਹੁਦੇ ਤੋਂ ਕੋਈ ਦੁਕਾਨਦਾਰੀ ਚਲਾਉਣੀ ਹੋਵੇ। ਅਤੇ ਸਿੱਧੂ ਦਾ ਨਾ ਦੁਕਾਨਦਾਰੀ ਅਤੇ ਨਾ ਧੰਦੇ ਵਾਲਾ, ਸਾਫ਼ ਸੁਥਰਾ ਬੰਦਾ, ਇਸ ਕਰਕੇ ਉਹਨੂੰ ਕਾਂਗਰਸ ਤੁਰੰਤ ਰਿਜ਼ਾਈਨ ਕਰ ਦੇਣਾ ਚਾਹੀਦਾ। ਸਿਮਰਜੀਤ ਸਿੰਘ ਬੈਂਸ ਨੇ ਇੱਥੇ ਦਾਅਵਾ ਇਹ ਵੀ ਕਰ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਕੋਈ ਵੱਡਾ ਫੈਸਲਾ ਲੈਣਾ ਹੀ ਪੈਣਾ ਹੈ। ਵੱਡੇ ਫੈਸਲੇ ਤੋਂ ਉਹਨਾਂ ਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਛੱਡਣੀ ਪੈਣੀ ਹੈ। ਸਿੱਧੂ ਸਾਹਿਬ ਨੋ ਡਾਊਟ ਬਹੁਤ ਫੂਕ ਫੂਕ ਕੇ ਕਦਮ ਰੱਖਦੇ, ਮੋਰ ਰਿਸਕ ਗਿਵਸ ਮੋਰ ਪ੍ਰੋਫਿਟ, ਬੋਲਡ ਫੈਸਲੇ ਲੈਣੇ ਪੈਂਦੇ ਆ, ਬੋਲਡ ਫੈਸਲੇ ਲੈਣੇ ਪੈਂਦੇ ਆ। ਮੈਂ ਕਿਹਾ ਪਿਛਲੀ ਮੀਟਿੰਗ ਦੇ ਵਿੱਚ ਵੀ, ਸਿੱਧੂ ਸਾਹਿਬ ਡਰਪੋਕ ਪੁਣਾ ਛੱਡੋ, ਹਜੇ ਵੀ ਅਧੂਰਾ ਹੀ ਆ ਕੰਮ ਹੈਗਾ, ਹਜੇ ਵੀ ਪੂਰਾ ਜਿਹੜਾ ਕੰਮ ਪੂਰਾ ਵਧੀਆ ਨਹੀਂ ਹੋਇਆ ਹਜੇ ਵੀ। ਤੁਸੀਂ ਕੀ ਸਮਝਦੇ ਹੋ, ਇਸ ਰਾਹੁਲ ਗਾਂਧੀ ਨੂੰ ਭੇਜੇ ਅਸਤੀਫੇ ਤੋਂ ਬਾਅਦ ਕਿਸੇ ਕਾਂਗਰਸੀ ਨੇ ਕੋਈ ਐਸਾ ਹਮਦਰਦੀ ਵਾਲਾ ਕੋਈ ਸਟੇਟਮੈਂਟ ਵੀ ਸਿੱਧੂ ਨੂੰ ਵਾਪਸ ਲੈ ਕੇ ਆਉਣ ਵਾਸਤੇ? ਉਹ ਟੌਂਟ ਕਰਦੇ ਸੀ, ਕਹਿੰਦੇ ਫਾਰਮੈਟ 'ਚ ਨਹੀਂ ਹੈਗਾ ਜੀ, ਇਹ ਸਪੀਕਰ ਨੂੰ ਨਹੀਂ ਭੇਜਿਆ ਜੀ, ਇਹ ਮੁੱਖ ਮੰਤਰੀ ਨੂੰ ਭੇਜਿਆ ਜੀ। ਕਿੰਨੀ ਕੁ ਦੇਰ ਸਿੱਧੂ ਸਾਹਿਬ ਉੱਥੇ ਜਲੀਲ ਹੋਣਗੇ? ਜਿਹੜਾ ਮੈਂ ਡਰਪੋਕ ਸ਼ਬਦ ਵਰਤਿਆ ਸੀ ਨਾ, ਉਹ ਮੈਂ ਕਹਿੰਦਾ ਹਜੇ ਵੀ ਡਰਪੋਕ ਪੁਣਾ ਅੱਧਾ ਕੁ ਚੱਕਿਆ ਗਿਆ, ਹਜੇ ਵੀ ਅੱਧਾ ਬਾਕੀ ਹੈਗਾ। ਇਸ ਦੇ ਨਾਲ ਨਾਲ ਸਿਮਰਜੀਤ ਸਿੰਘ ਬੈਂਸ ਨੇ ਉਹ ਵੀ ਗੱਲ ਕਰ ਦਿੱਤੀ ਜੋ ਕਿ ਅੱਜ ਕੱਲ੍ਹ ਉਹ ਹਰ ਇੱਕ ਸੰਬੋਧਨ ਦੇ ਵਿੱਚ ਕਰਦੇ ਦਿਖਾਈ ਦਿੰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੂੰ ਛੱਡ ਕੇ ਪੀਡੀਏ ਦੇ ਵਿੱਚ ਆਓ, 2022 ਦੇ ਵਿੱਚ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ। ਉਹ ਬੰਦਾ ਜਿਹੜਾ ਇਮਾਨਦਾਰ ਹੈ, ਜਿਹੜਾ ਸੱਚ ਬੋਲਦਾ, ਉਹਦੀ ਕਾਂਗਰਸ 'ਤੇ ਜਗ੍ਹਾ ਹੀ ਹੈ ਨਹੀਂ। ਦਲੇਰੀ ਕਰਨ, ਡਰਪੋਕਪੁਣਾ ਪਰੇ ਕਰਨ, ਕਾਂਗਰਸ ਪਾਰਟੀ ਛੱਡ ਕੇ ਪੰਜਾਬ ਦੇ ਲੋਕਾਂ ਕੋਲ ਆਉਣ। ਮੈਂ ਫਿਰ ਕਹਿੰਦਾ ਵੀ ਅਸੀਂ 2022 ਦੇ ਵਿੱਚ ਸਿੱਧੂ ਸਾਹਿਬ ਨੂੰ ਐਜ਼ ਏ ਮੁੱਖ ਮੰਤਰੀ ਪ੍ਰੋਜੈਕਟ ਕਰਕੇ ਤੁਰਾਂਗੇ। ਅੱਜ ਇਕੱਲਾ ਪੰਜਾਬ ਦੇ ਲੋਕ ਨਹੀਂ, ਅੱਜ ਪੂਰੀ ਦੁਨੀਆ 'ਚ ਵੱਸਦਾ ਪੰਜਾਬੀ ਇਹ ਗੱਲ ਤੋਂ ਚਿੰਤਤ ਹੈ। 10 ਸਾਲ ਅਕਾਲੀਆਂ ਦੀ ਲੁੱਟ ਅਤੇ 2.5 ਸਾਲਾਂ ਤੋਂ ਕਾਂਗਰਸੀਆਂ ਦੀ ਲੁੱਟ, ਇਹ ਰਵਾਇਤੀ ਪਾਰਟੀਆਂ ਲੁੱਟਣ ਤੋਂ ਬਾਅਦ ਨਹੀਂ ਆ ਸਕਦੀਆਂ। ਪੰਜਾਬ ਦੇ ਅੰਦਰ ਇਹਨਾਂ ਦੋਨੋਂ ਰਵਾਇਤੀ ਪਾਰਟੀਆਂ ਤੋਂ ਹਟ ਕੇ ਇਮਾਨਦਾਰ ਲੀਡਰ ਇੱਕ ਪਲੇਟਫਾਰਮ 'ਤੇ ਇਕੱਠੇ ਹੋਣੇ ਚਾਹੀਦੇ, ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਦੇ ਦਿਲ ਦੀ ਮੰਗ ਹੈ। ਸੋ ਇਸ ਕਰਕੇ ਸਿੱਧੂ ਸਾਹਿਬ ਨੂੰ ਕਾਂਗਰਸ ਛੱਡ ਕੇ ਵਾਪਸ ਆਉਣਾ ਚਾਹੀਦਾ, ਡਰਪੋਕਪੁਣਾ ਜਿਹੜਾ ਅੱਧਾ ਛੱਡਿਆ ਉਹਨਾਂ ਨੇ ਪੂਰਾ ਛੱਡ ਕੇ ਦਲੇਰੀ ਵਾਲਾ ਫੈਸਲਾ ਕਰਨਾ। ਸਿਮਰਜੀਤ ਸਿੰਘ ਬੈਂਸ ਇਹ ਗੱਲ ਵਾਰ ਵਾਰ ਕਰਦੇ ਦਿਖਾਈ ਦਿੰਦੇ ਨੇ ਅਤੇ ਮੰਨਿਆ ਜਾ ਰਿਹਾ ਹੈ ਕਿ ਸਿਮਰਜੀਤ ਸਿੰਘ ਬੈਂਸ ਇਹ ਗੱਲ ਵਾਰ ਵਾਰ ਇਸ ਲਈ ਕਰਦੇ ਨੇ ਕਿਉਂਕਿ ਉਹ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਨੂੰ ਛੱਡ ਕੇ ਪੰਜਾਬ ਡੈਮੋਕਰੈਟਿਕ ਅਲਾਈਅੰਸ ਦੇ ਵਿੱਚ ਆ ਜਾਣ, ਸ਼ਾਇਦ ਇੱਕ ਪਾਰਟੀ ਵੀ ਪੀਡੀਏ ਦੀ ਬਣ ਸਕਦੀ ਹੈ ਉਹਦੇ ਵਿੱਚ ਆ ਜਾਣ, ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਦੇ ਚਿਹਰੇ ਦੇ ਵਜੋਂ ਪ੍ਰੋਜੈਕਟ ਕੀਤਾ ਜਾਵੇ ਜਿਸ ਦੇ ਕਰਕੇ ਲੋਕ ਉਹਨਾਂ ਨੂੰ ਵੋਟਾਂ ਪਾਉਣਗੇ ਅਤੇ ਹੋ ਸਕਦਾ ਕਿ ਪੀਡੀਏ ਦੀ 2022 ਦੇ ਵਿੱਚ ਸਰਕਾਰ ਵੀ ਬਣ ਸਕਦੀ ਹੈ। ਸਿਮਰਜੀਤ ਸਿੰਘ ਬੈਂਸ ਤਾਂ ਇਹ ਦਾਅਵਾ ਠੋਕ ਵਜਾ ਕੇ ਕਰਦੇ ਨੇ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਪ੍ਰੋਜੈਕਟ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਲੋਕ ਪੀਡੀਏ ਦੀ ਸਰਕਾਰ ਪੰਜਾਬ ਦੇ ਵਿੱਚ ਜ਼ਰੂਰ ਬਣਾਉਣਗੇ, ਜੋ ਕਿ ਅਜੇ ਦੂਰ ਦੀ ਕੌਡੀ ਲੱਗਦੀ ਹੈ। ਸੁਖਪਾਲ ਸਿੰਘ ਖਹਿਰਾ, ਜਿਹੜੇ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਕੈਂਡੀਡੇਟ ਅਨਾਊਂਸ ਕਰਨ ਦੇ ਪੱਖ ਵਿੱਚ ਨਹੀਂ ਜਾਪਦੇ ਸਨ, ਹੁਣ ਉਹ ਵੀ ਮੰਨਣ ਲੱਗੇ ਨੇ ਕਿ ਸਿਮਰਜੀਤ ਸਿੰਘ ਬੈਂਸ ਦੀ ਇਹ ਗੱਲ ਬਿਲਕੁਲ ਸਹੀ ਹੈ ਕਿ ਨਵਜੋਤ ਸਿੰਘ ਸਿੱਧੂ ਇਮਾਨਦਾਰ ਵਿਅਕਤੀ ਹੈ, ਉਸ ਨੂੰ ਪੀਡੀਏ ਦੇ ਵੱਲੋਂ ਸੀਐਮ ਦਾ ਚਿਹਰਾ ਘੋਸ਼ਿਤ ਕੀਤਾ ਜਾ ਸਕਦਾ ਹੈ। ਇਹ ਹੁਣ ਪੰਜਾਬ ਦੇ ਲੋਕਾਂ 'ਤੇ ਨਿਰਭਰ ਕਰੇਗਾ ਕਿ ਜੇਕਰ ਪੀਡੀਏ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਅਨਾਊਂਸ ਕੀਤਾ ਜਾਂਦਾ ਹੈ ਤਾਂ ਕੀ ਲੋਕ ਪੀਡੀਏ ਦੀ ਸਰਕਾਰ ਬਣਾ ਸਕਣਗੇ? ਕਿਉਂਕਿ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਪੀਡੀਏ ਨੇ ਬਹੁਤ ਵੱਡੇ ਦਾਅਵੇ ਕੀਤੇ ਸਨ ਪਰ ਇੱਕ ਵੀ ਸੀਟ ਪੀਡੀਏ ਨੂੰ ਲੋਕਾਂ ਨੇ ਨਹੀਂ ਦਿੱਤੀ ਹੈ। ਕਾਂਗਰਸ ਪਾਰਟੀ ਅਤੇ ਅਕਾਲੀ ਦਲ ਨੂੰ ਹੀ ਸੀਟਾਂ ਮਿਲੀਆਂ ਨੇ, ਆਮ ਆਦਮੀ ਪਾਰਟੀ ਨੂੰ ਸਿਰਫ ਇੱਕ ਸੀਟ ਮਿਲੀ ਹੈ। ਇਸ ਤਰ੍ਹਾਂ ਰਵਾਇਤੀ ਪਾਰਟੀਆਂ ਤੋਂ ਇਲਾਵਾ ਜੋ ਪਾਰਟੀਆਂ ਨੇ ਉਹਨਾਂ ਨੂੰ ਲੋਕ ਸਵੀਕਾਰ ਕਰਦੇ ਦਿਖਾਈ ਨਹੀਂ ਦਿੰਦੇ। ਹਾਲਾਂਕਿ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਜੇਕਰ ਇਹ ਸਾਰੇ ਲੀਡਰ ਚੰਗੇ ਲੀਡਰ ਇਕੱਠੇ ਹੋ ਗਏ ਤਾਂ ਲੋਕ ਉਹਨਾਂ 'ਤੇ ਵਿਸ਼ਵਾਸ ਕਰਨਗੇ ਅਤੇ 2022 ਦੇ ਵਿੱਚ ਪੀਡੀਏ ਦੀ ਸਰਕਾਰ ਬਣ ਸਕਦੀ ਹੈ। ਪਰ ਬੈਂਸ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਅਧੂਰਾ ਕੰਮ ਕੀਤਾ।
ਹੁੰਦਾ ਹੈ। ਪੂਰਾ ਕੰਮ ਤਾਂ ਹੋਏਗਾ ਜੇਕਰ ਉਹ ਕਾਂਗਰਸ ਪਾਰਟੀ ਛੱਡਦੇ ਨੇ। ਆਮ ਆਦਮੀ ਪਾਰਟੀ ਵੀ ਸੱਦਾ ਦਿੰਦੀ ਹੈ, ਬੈਂਸ ਵੀ ਸੱਦਾ ਦਿੰਦੇ ਨੇ ਅਤੇ ਸੁਖਪਾਲ ਸਿੰਘ ਖਹਿਰਾ ਵੀ ਕਹਿੰਦੇ ਨੇ ਕਿ ਆ ਜਾਓ PDA ਦੇ ਵਿੱਚ, ਕੁਝ ਨਾ ਕੁਝ ਪੰਜਾਬ ਦੇ ਲਈ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਕੀ ਕਰਨਗੇ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ, ਕਿਉਂਕਿ ਪਿਛਲੇ ਮਹੀਨੇ ਦਾ ਅਸਤੀਫਾ ਦਿੱਤਾ ਹੋਇਆ ਨਵਜੋਤ ਸਿੰਘ ਸਿੱਧੂ ਨੇ, ਤਾਂ ਉਸਦੀ ਵੀ ਭਿਣਕ ਪੰਜਾਬ ਦੇ ਲੋਕਾਂ ਨੂੰ ਨਹੀਂ ਲੱਗਣ ਦਿੱਤੀ ਸੀ। ਅਤੇ ਹੁਣ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਚੱਲ ਰਿਹਾ, ਅਗਲਾ ਭਵਿੱਖ, ਉਹਨਾਂ ਨੇ ਕੀ ਸੋਚਿਆ ਹੋਇਆ, ਇਹਦੀ ਵੀ ਭਿਣਕ ਅਜੇ ਤੱਕ ਕਿਸੇ ਨੂੰ ਨਹੀਂ ਲੱਗੀ ਹੈ। ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਸੀਂ ਸਿਮਰਜੀਤ ਸਿੰਘ ਬੈਂਸ ਦੇ ਇਸ ਬਿਆਨ ਦੇ ਨਾਲ ਸਹਿਮਤ ਹੋ ਕਿ ਨਵਜੋਤ ਸਿੰਘ ਸਿੱਧੂ ਨੇ ਮੰਤਰੀ ਦਾ ਅਹੁਦਾ ਛੱਡ ਕੇ ਅਸਤੀਫਾ ਦੇ ਕੇ ਅਧੂਰਾ ਕੰਮ ਕੀਤਾ ਹੈ, ਪੂਰਾ ਕੰਮ ਕਰਨ ਲਈ ਉਹਨਾਂ ਨੂੰ ਕਾਂਗਰਸ ਪਾਰਟੀ ਛੱਡ ਦੇਣੀ ਚਾਹੀਦੀ ਹੈ। ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ 'ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ, ਅਤੇ ਜੇਕਰ ਤੁਸੀਂ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਸਾਡਾ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ, ਹਰ ਖਬਰ ਦਾ ਸੱਚ। ਪਾਲਿਸੀ ਬਣਾਈ ਰੱਦੀ ਦੀ ਟੋਕਰੀ 'ਚ, ਚਾਹੇ ਉਹ ਪੰਜਾਬ ਵਿਧਾਨ ਸਭਾ ਦੇ ਅੰਦਰ ਅਕਾਲੀਆਂ ਦੇ ਨਾਲ ਪੱਗੋ ਪੱਗੀ ਹੋਣ ਤੱਕ ਦੀ ਨੌਬਤ ਆ ਗਈ। ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਨੂੰ ਲੈ ਕੇ ਕੋਈ ਸੁਣਵਾਈ ਨਹੀਂ, ਨਵਜੋਤ ਸਿੱਧੂ ਦੀ ਸੁਣਵਾਈ ਕਿਤੇ ਨਹੀਂ ਹੋਈ। ਪ੍ਰਗਟ ਬੈਂਸ ਭਰਾ ਅਤੇ ਸਿੱਧੂ ਸਾਹਿਬ ਨੇ ਰਲ ਕੇ ਵਾਧੇ ਪੰਜਾਬ ਬਣਾਇਆ। ਮੈਂ ਸਿੱਧੂ ਸਾਹਿਬ ਨੂੰ ਉਦਣੇ ਗੱਲ ਕਹੀ ਸੀ ਕਿ ਕਾਂਗਰਸ 'ਚ ਤੁਹਾਡੀ ਦਾਲ ਗਲਦੀ ਨਹੀਂ, ਅੱਜ ਉਹ ਗੱਲ ਸਾਬਤ ਹੋ ਗਈ। ਇਹ ਜਿਹੜਾ ਅਸਤੀਫਾ ਨਾ, ਅਸਤੀਫਾ ਅੱਜ ਉਹਨਾਂ ਨੇ CM ਅਤੇ ਸਪੀਕਰ ਨੂੰ ਵੀ ਭੇਜਤਾ ਹੋਇਆ। ਐਸੀਆਂ ਖਬਰਾਂ ਜਿਹੜੀਆਂ ਵੈਬ ਚੈਨਲ ਦੇ ਉੱਤੇ ਆ ਰਹੀਆਂ ਨੇ, ਪਰ ਮੇਰੇ ਅਨੁਸਾਰ ਸਿੱਧੂ ਸਾਹਿਬ ਦਾ ਇਹ ਅਸਤੀਫਾ ਕਾਫੀ ਨਹੀਂ, ਅਧੂਰਾ ਕੰਮ ਹੈ ਹਜੇ। ਸਿੱਧੂ ਸਾਹਿਬ ਨੂੰ ਕਾਂਗਰਸ ਤੋਂ ਅਸਤੀਫਾ ਦੇਣਾ ਚਾਹੀਦਾ, ਕਿਉਂਕਿ ਕਾਂਗਰਸ ਪਾਰਟੀ ਦੇ ਅੰਦਰ ਸੱਚ ਬੋਲਣ ਵਾਲੇ ਅਤੇ ਇਮਾਨਦਾਰ ਲੋਕਾਂ ਦੀ ਜਗ੍ਹਾ ਨਹੀਂ ਹੈਗੀ। ਨਵਜੋਤ ਸਿੱਧੂ ਨੇ ਬਠਿੰਡੇ ਕੀ ਕਿਹਾ ਤਾ, ਜਾ ਕੇ ਇਹੀ ਕਿਹਾ ਨਾ ਵੀ ਕੈਪਟਨ ਅਤੇ ਬਾਦਲ ਰਲੇ ਹੋਏ ਆ, ਹਿੱਸੇ ਪੱਤੀ ਆ ਇਹਨਾਂ ਦੀ, ਉਹ ਸਾਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਪਤਾ। ਨਵਜੋਤ ਸਿੱਧੂ ਜਿਹੜਾ ਬਾਦਲਾਂ ਦਾ 10 ਸਾਲ ਲੁੱਟ ਮਾਫੀਆ, ਉਹਨੂੰ ਰੋਕਣ ਦਾ ਉਪਰਾਲਾ ਕਰਦੇ, ਪਰ ਉਹ ਲੁੱਟ ਮਾਫੀਆ ਕੈਪਟਨ ਅਤੇ ਕੈਪਟਨ ਦੀ ਜੁੰਡਲੀ ਚਲਾ ਰਹੀ ਹੈ। ਅਤੇ ਜੇ ਸਿੱਧੂ ਸਾਹਿਬ ਮੁੱਖ ਮੰਤਰੀ ਬਣਦੇ ਆ ਤਾਂ ਜਿਹੜਾ ਬਾਦਲਾਂ ਦਾ ਚਲਾਇਆ ਹੋਇਆ ਲੁੱਟ ਮਾਫੀਆ ਹੁਣ ਕੈਪਟਨ ਐਂਡ ਕੰਪਨੀ ਚਲਾ ਰਹੀ ਹੈ, ਉਹ ਬੰਦ ਹੁੰਦਾ। ਇਸ ਕਰਕੇ ਸੱਚਾ ਅਤੇ ਇਮਾਨਦਾਰ ਕਾਂਗਰਸ ਦੇ ਵਿੱਚ ਟਿਕ ਨਹੀਂ ਸਕਦਾ। ਸਿੱਧੂ ਸਾਹਿਬ ਨੂੰ ਦਾਖੂਦਾਣਾ ਨਾਮ ਮਿਲਿਆ, ਮੇਰਾ ਖਿਆਲ 1.5-2 ਮਹੀਨੇ ਦੇਸ਼ ਦੇ ਅੰਦਰ ਸਟਾਰ ਪ੍ਰਚਾਰਕ ਸੰਘ ਪਾੜ ਪਾੜ ਪ੍ਰਚਾਰ ਕਰਕੇ ਆਏ। ਉਹ ਇਨਾਮ ਕੀ ਮਿਲਿਆ ਉਹਨਾਂ ਨੂੰ, 1 ਮਹੀਨਾ ਪਹਿਲਾਂ ਦਾ ਭੇਜਿਆ ਹੋਇਆ ਅਸਤੀਫਾ ਰਾਹੁਲ ਗਾਂਧੀ ਨੂੰ 10/6/2019। ਇਹਦੇ ਤੋਂ ਸਾਫ਼ ਅਤੇ ਸਪਸ਼ਟ ਹੁੰਦਾ ਕਿ ਰਾਹੁਲ ਗਾਂਧੀ ਦੀ ਕਾਂਗਰਸ ਪਾਰਟੀ ਉੱਤੇ ਪਕੜ ਬਿਲਕੁਲ ਕਮਜ਼ੋਰ ਹੋ ਗਈ, ਕੋਈ ਪਕੜ ਨਹੀਂ ਹੈਗੀ। ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਗੱਲ ਨਹੀਂ ਮੰਨੀ, ਮਜਬੂਰੀ ਬਸ ਉਹ ਅਸਤੀਫਾ ਜਿਹੜਾ 10/6/2019 ਨੂੰ ਰਾਹੁਲ ਨੂੰ ਦਿੱਤਾ, ਸਿੱਧੂ ਸਾਹਿਬ ਨੂੰ ਉਹ ਸੋਸ਼ਲੀ ਵਾਇਰਲ ਕਰਨਾ ਪਿਆ, ਕਿਉਂਕਿ ਕਾਂਗਰਸ ਦੀ ਹਾਰ ਤੋਂ ਬਾਅਦ, ਨਮੋਸ਼ੀਜਨਕ ਹਾਰ ਤੋਂ ਬਾਅਦ ਰਾਹੁਲ ਗਾਂਧੀ ਵੀਕ ਹੋਏ ਆ। ਇਸ ਗੱਲ ਦਾ ਪੰਜਾਬ ਦੇ ਅੰਦਰ ਜਿਹੜਾ ਲੁੱਟ ਮਾਫੀਆ ਚਲਾਉਣ ਵਾਲਾ ਕਾਂਗਰਸੀ ਗਰੁੱਪ ਹੈ ਨਾ, ਇਸ ਗੱਲ ਦਾ ਵੀ ਫਾਇਦਾ ਚੱਕ ਰਿਹਾ। ਇਸ ਕਰਕੇ ਸਿੱਧੂ ਸਾਹਿਬ ਨੂੰ ਇਕੱਲਾ ਵਜ਼ਾਰਤ ਤੋਂ ਰਿਜ਼ਾਈਨ ਨਹੀਂ, ਉਹ ਬੰਦਾ ਬੇਇੱਜ਼ਤੀ ਕਰਾਵੇ, ਜਲਾਲਤ ਉਹ ਬੰਦਾ ਸਵੇ ਜਿਹਨੇ ਕੁਰਸੀ ਤੋਂ ਧੰਦਾ ਕਰਨਾ, ਜਿਹਨੇ ਅਹੁਦੇ ਤੋਂ ਕੋਈ ਦੁਕਾਨਦਾਰੀ ਚਲਾਉਣੀ ਹੋਵੇ, ਅਤੇ ਸਿੱਧੂ ਦਾ ਨਾਂ ਦੁਕਾਨਦਾਰੀ ਦੇ ਨਾਂ ਧੰਦੇ ਵਾਲਾ ਸਾਫ਼ ਸੁਥਰਾ ਬੰਦਾ, ਇਸ ਕਰਕੇ ਉਹਨੂੰ ਕਾਂਗਰਸ ਤੁਰੰਤ ਰਿਜ਼ਾਈਨ ਕਰ ਦੇਣਾ ਚਾਹੀਦਾ। ਸਿੱਧੂ ਸਾਹਿਬ ਨੋ ਡਾਊਟ ਬਹੁਤ ਫੂਕ ਫੂਕ ਕੇ ਕਦਮ ਰੱਖਦੇ, ਮੋਰ ਰਿਸਕ ਗਿਵਸ ਮੋਰ ਪ੍ਰੋਫਿਟ, ਬੋਲਡ ਫੈਸਲੇ ਲੈਣੇ ਪੈਂਦੇ ਆ, ਬੋਲਡ ਫੈਸਲੇ ਲੈਣੇ ਪੈਂਦੇ ਆ। ਮੈਂ ਕਿਹਾ ਪਿਛਲੀ ਮੀਟਿੰਗ ਦੇ ਵਿੱਚ ਵੀ, ਸਿੱਧੂ ਸਾਹਿਬ ਡਰਪੋਕ ਪੁਣਾ ਛੱਡੋ, ਹਜੇ ਵੀ ਅਧੂਰਾ ਹੀ ਆ ਕੰਮ ਹੈਗਾ, ਹਜੇ ਵੀ ਪੂਰਾ ਜਿਹੜਾ ਕੰਮ ਪੂਰਾ ਵਧੀਆ ਨਹੀਂ ਹੋਇਆ ਹਜੇ ਵੀ। ਤੁਸੀਂ ਕੀ ਸਮਝਦੇ ਹੋ ਇਸ ਰਾਹੁਲ ਗਾਂਧੀ ਨੂੰ ਭੇਜੇ ਅਸਤੀਫੇ ਤੋਂ ਬਾਅਦ ਕਿਸੇ ਕਾਂਗਰਸੀ ਨੇ ਕੋਈ ਐਸਾ ਹਮਦਰਦੀ ਵਾਲਾ ਕੋਈ ਸਟੇਟਮੈਂਟ ਵੀ ਸਿੱਧੂ ਨੂੰ ਵਾਪਸ ਲੈ ਕੇ ਆਉਣ ਵਾਸਤੇ? ਉਹ ਟੌਂਟ ਕਰਦੇ ਸੀ, ਕਹਿੰਦੇ ਫਾਰਮੈਟ 'ਚ ਨਹੀਂ ਹੈਗਾ ਜੀ, ਇਹ ਸਪੀਕਰ ਨੂੰ ਨਹੀਂ ਭੇਜਿਆ ਜੀ, ਇਹ ਮੁੱਖ ਮੰਤਰੀ ਨੂੰ ਭੇਜਿਆ ਜੀ। ਕਿੰਨੀ ਕੁ ਦੇਰ ਸਿੱਧੂ ਸਾਹਿਬ ਉੱਥੇ ਜਲੀਲ ਹੋਣਗੇ? ਜਿਹੜਾ ਮੈਂ ਡਰਪੋਕ ਸ਼ਬਦ ਵਰਤਿਆ ਸੀ ਨਾ, ਉਹ ਮੈਂ ਕਹਿੰਦਾ ਹਜੇ ਵੀ ਡਰਪੋਕ ਪੁਣਾ ਅੱਧਾ ਕੁ ਚੱਕਿਆ ਗਿਆ, ਹਜੇ ਵੀ ਅੱਧਾ ਬਾਕੀ ਹੈਗਾ। ਉਹ ਬੰਦਾ ਜਿਹੜਾ ਇਮਾਨਦਾਰ ਹੈ, ਜਿਹੜਾ ਸੱਚ ਬੋਲਦਾ, ਉਹਦੀ ਕਾਂਗਰਸ 'ਤੇ ਜਗ੍ਹਾ ਹੀ ਹੈ ਨਹੀਂ। ਦਲੇਰੀ ਕਰਨ, ਡਰਪੋਕ ਪੁਣਾ ਪਰੇ ਕਰਨ, ਕਾਂਗਰਸ ਪਾਰਟੀ ਛੱਡ ਕੇ ਪੰਜਾਬ ਦੇ ਲੋਕਾਂ ਕੋਲ ਆਉਣ। ਮੈਂ ਫਿਰ ਕਹਿੰਦਾ ਵੀ ਅਸੀਂ
2022 ਦੇ ਵਿੱਚ ਸਿੱਧੂ ਸਾਹਿਬ ਨੂੰ ਐਜ਼ ਏ ਮੁੱਖ ਮੰਤਰੀ ਪ੍ਰੋਜੈਕਟ ਕਰਕੇ ਤੁਰਾਂਗੇ। ਅੱਜ ਇਕੱਲਾ ਪੰਜਾਬ ਦੇ ਲੋਕ ਨਹੀਂ, ਅੱਜ ਪੂਰੀ ਦੁਨੀਆ 'ਚ ਵੱਸਦਾ ਪੰਜਾਬੀ ਇਹ ਗੱਲ ਤੋਂ ਚਿੰਤਤ ਹੈ। 10 ਸਾਲ ਅਕਾਲੀਆਂ ਦੀ ਲੁੱਟ ਅਤੇ 2.5 ਸਾਲਾਂ ਤੋਂ ਕਾਂਗਰਸੀਆਂ ਦੀ ਲੁੱਟ, ਇਹ ਰਵਾਇਤੀ ਪਾਰਟੀਆਂ ਲੁੱਟਣ ਤੋਂ ਬਾਜ ਨਹੀਂ ਆ ਸਕਦੀਆਂ। ਪੰਜਾਬ ਦੇ ਅੰਦਰ ਇਹਨਾਂ ਦੋਨੋਂ ਰਵਾਇਤੀ ਪਾਰਟੀਆਂ ਤੋਂ ਹਟ ਕੇ ਇਮਾਨਦਾਰ ਲੀਡਰ ਇੱਕ ਪਲੇਟਫਾਰਮ 'ਤੇ ਇਕੱਠੇ ਹੋਣੇ ਚਾਹੀਦੇ। ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਦੇ ਦਿਲ ਦੀ ਮੰਗ ਹੈ। ਸੋ ਇਸ ਕਰਕੇ ਸਿੱਧੂ ਸਾਹਿਬ ਨੂੰ ਕਾਂਗਰਸ ਛੱਡ ਕੇ ਵਾਪਸ ਆਉਣਾ ਚਾਹੀਦਾ। ਡਰਪੋਕਪਣਾ ਜਿਹੜਾ ਅੱਧਾ ਛੱਡਿਆ ਉਹਨਾਂ ਨੇ, ਪੂਰਾ ਛੱਡ ਕੇ ਦਲੇਰੀ ਵਾਲਾ ਫੈਸਲਾ ਕਰਨਾ।